ਹਾਂਜੀ ਦੋਸਤੋ ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ ਲੈ ਕੇ ਤਰਕ ਦੀਆਂ ਕੁਝ ਹੋਰ ਗੱਲਾਂ। ਦੋਸਤੋ ਅੱਜ 20 ਜਨਵਰੀ ਹੈ ਅਤੇ 20 ਜਨਵਰੀ ਨੂੰ ਸਾਡੇ ਤਰਕਸ਼ੀਲ ਲਹਿਰ ਦੇ ਸ਼ਹੀਦ ਕ੍ਰਿਸ਼ਨ ਬਰਗਾੜੀ ਜੀ ਸਾਤੋਂ ਵਿਛੜ ਗਏ ਸਨ ਅਤੇ ਅੱਜ ਤਰਕ ਦੀਆਂ ਗੱਲਾਂ ਦੇ ਵਿੱਚ ਅਸੀਂ ਕਰਾਂਗੇ ਉਹਨਾਂ ਦੇ ਬਾਰੇ ਦੇ ਵਿੱਚ ਕੁਝ ਇੱਕ। ਦੋਸਤੋ ਤਰਕਸ਼ੀਲ ਲਹਿਰ ਦਾ ਚਾਨਣ ਮਨਾਰਾ ਕ੍ਰਿਸ਼ਨ ਬਰਗਾੜੀ ਅਰਖਸ਼ੀ ਲਹਿਰ ਦੇ ਮੁੱਢਲੇ ਆਗੂ ਕ੍ਰਿਸ਼ਨ ਬਰਗਾੜੀ ਜੀ ਦਾ ਜਨਮ 6 ਅਕਤੂਬਰ 1957 ਨੂੰ ਸ੍ਰੀ ਮਹਾਨੰਦ ਦੇਕਰ ਮਾਤਾ ਈਸ਼ਵਰ ਕੌਰ ਦੀ ਉਪੁੱਖੋਂ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ ਸੀ ਦਸਵੀਂ ਕਰਨ ਤੋਂ ਬਾਅਦ ਕਬੱਡੀ ਖੇਡਣ ਕਰਕੇ ਇਲਾਕੇ ਵਿੱਚ ਕਬੱਡੀ ਦੇ ਨਾਮ ਵਰ ਜਾਫੀਆਂ ਵਿੱਚ ਉਹਨਾਂ ਦਾ ਨਾਂ ਆਉਣ ਲੱਗਾ ਕਬੱਡੀ ਖਿਡਾਰੀ ਹੋਣ ਤੇ ਉਸ ਨੂੰ ਬਿਜਲੀ ਬੋਰਡ ਵਿੱਚ ਨੌਕਰੀ ਮਿਲ ਗਈ ਬਿਜਲੀ ਕਾਮਿਆਂ ਦੀ ਜਥੇਬੰਦੀ ਟੀਐਸਯੂ ਦਾ ਸਰਗਰਮ ਵਰਕਰ ਬਣ ਗਿਆ ਜਿੱਥੋਂ ਉਸ ਨੂੰ ਸਮਾਜ ਨੂੰ ਵਿਗਿਆਨਿਕ ਨਜ਼ਰੀਏ ਤੋਂ ਜਾਣਨ ਦੀ ਪ੍ਰੇਰਨਾ ਮਿਲੀ 1984-85 ਵਿੱਚ ਤਰਕਸ਼ੀਲ ਲਹਿਰ ਦਾ ਜਦੋਂ ਆਗਮਨ ਹੋਇਆ ਸੋਸਾਇਟੀ ਦੇ ਮੁੱਢਲੇ ਦੌਰ ਵਿੱਚ ਹੀ ਕ੍ਰਿਸ਼ਨ ਬਰਗਾੜੀ ਸਮਾਜ ਵਿੱਚੋਂ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਕਰਨ ਦੀ ਇੱਛਾ ਨਾਲ ਸਰਗਰਮ ਵਰਕਰ ਬਣ ਗਿਆ ਸੋਸਾਇਟੀ ਦਾ ਪ੍ਰਸਾਰ ਵਧਨ ਨਾਲ ਜਦੋਂ ਤਰਕਸ਼ੀਲਾਂ ਕੋਲ ਭੂਤਾਂ ਪ੍ਰੇਤਾਂ ਵਾਲੇ ਅਚਾਨਕ ਅੱਗ ਲੱਗਣ ਵਾਲੇ ਵਸਤਾਂ ਗੁੰਮ ਹੋਣ ਦੇ ਰਹਿਸਮਈ ਕੇਸ ਹੋਣੇ ਲੱਗੇ ਤਾਂ ਉਸਨੇ ਘਰ ਵਿੱਚ ਸੀ ਮਨੋ ਰੋਗ ਅ ਇਲਾਜ ਕੇਂਦਰ ਸਥਾਪਿਤ ਕਰ ਲਿਆ ਉਸਦੇ ਪਰਿਵਾਰ ਨੇ ਉਸ ਦਾ ਪੂਰਾ ਸਾਥ ਦਿੱਤਾ ਹੌਲੀ ਹੌਲੀ ਤਜਰਬਾ ਹੋਣ ਤੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਵਿੱਚੋਂ ਵੀ ਹਜ਼ਾਰਾਂ ਮਾਨਸਿਕ ਤੇ ਰਹਿਸਮਈ ਘਟਨਾਵਾਂ ਦੇ ਕੇਸ ਉਹਨਾਂ ਨੇ ਹੱਲ ਕੀਤੇ 1997-98 ਵਿੱਚ ਪਹਿਲੀ ਵਾਰ ਚੋਲਾ ਸਾਹਿਬ ਦੇ ਕੁਝ ਘਰਾਂ ਵਿੱਚ ਇੱਟਾਂ ਰੋੜੇ ਡਿਗਨ ਦੀਆਂ ਵਾਪਰ ਰਹੀਆਂ ਗੈਰ ਬਗਿਆਨਿਕ ਘਟਨਾਵਾਂ ਦਾ ਉਹਨਾਂ ਕੇਸ ਹੱਲ ਕਰਨ ਲਈ ਆਪਣੇ ਸਾਥੀ ਚੰਨਣ ਵਾਂਦਰ ਨਾਲ ਉੱਥੇ ਫੇਰਾ ਪਾਇਆ ਅਤੇ ਪੜਤਾਲ ਕਰਕੇ ਕੇਸ ਹੱਲ ਕੀਤਾ ਇੱਕ ਵਾਰ ਅਖੌਤੀ ਸਾਧਾਂ ਨੇ ਉਸਦੇ ਘਰ ਤੇ ਹਮਲਾ ਕਰ ਦਿੱਤਾ ਉਹ ਭੋਰਾ ਵੀ ਨਾ ਕਬਰਾਇਆ ਉਸਨੇ ਕਾਰਦੀਨਗਰ ਵਿੱਚ ਪਸ਼ੂਆਂ ਦੀਆਂ ਹੁੰਦੀਆਂ ਰਹੱਸਮਈ ਹਾਲਤਾਂ ਵਿੱਚ ਮੌਤਾਂ ਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਯੋਗੀ ਵੱਲੋਂ ਹਵਾ ਵਿੱਚ ਉੱਡਣ ਦੇ ਪਖੰਡ ਦਾ ਪੜਦਾ ਫਾਸ਼ ਕੀਤਾ ਉਸਨੇ 32 ਵਾਰ ਲੋੜਵੰਦਾਂ ਲਈ ਖੂਨਦਾਨ ਕੀਤਾ ਉਸਨੇ ਆਪਣੇ ਅਮਲਾਂ ਨਾਲ ਦਰਸਾਇਆ ਕਿ ਮਨੁੱਖ ਸਮੂਹ ਤੇ ਲਹਿਰ ਨਾਲ ਜੁੜ ਕੇ ਹੀ ਵੱਡਾ ਹੁੰਦਾ ਹੈ ਅਚਾਨਕ ਬਲੱਡ ਕੈਂਸਰ ਦੀ ਬਿਮਾਰੀ ਨੇ ਉਸ ਨੂੰ ਆ ਕੇ ਰਿਆ ਤਾਂ 10 ਮਹੀਨੇ ਬਿਮਾਰੀ ਨਾਲ ਲੜਨ ਵਾਲਾ ਤਰਕਸ਼ੀ ਲਾਗੋ ਜੋ ਉਸ ਸਮੇਂ ਤਰਕਸ਼ੀ ਸੋਸਾਇਟੀ ਦਾ ਸੂਬਾ ਪ੍ਰਧਾਨ ਸੀ ਅੱਜ ਦੇ ਦਿਨ 20 ਜਨਵਰੀ 2002 ਨੂੰ ਸਾਡੇ ਤੋਂ ਹਮੇਸ਼ਾ ਲਈ ਸਰੀਰਕ ਰੂਪ ਵਿੱਚ ਵਿਛੜ ਗਿਆ ਮੌਤ ਤੋਂ 5 ਦਿਨ ਪਹਿਲਾਂ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਕਿ ਮੇਰਾ ਸਰੀਰ ਹੁਣ ਕੰਮ ਦਾ ਨਹੀਂ ਰਿਹਾ ਅੰਗਦਾਨ ਦਾ ਕੋਈ ਫਾਇਦਾ ਨਹੀਂ ਪਰ ਇਹ ਸਰੀਰ ਡਾਕਟਰੀ ਖੋਜਾਂ ਵਾਸਤੇ ਤਾਂ ਕੰਮ ਆ ਹੀ ਸਕਦਾ ਹੈ ਇਸ ਲਈ ਉਸਨੇ ਹਲਫੀਆ ਬਿਆਨ ਤਿਆਰ ਕਰਵਾ ਲਿਆ 21 ਜਨਵਰੀ 2002 ਨੂੰ ਉਸ ਦੀ ਖਾਹਿਸ਼ ਅਨੁਸਾਰ ਬਿਨਾਂ ਧਾਰਮਿਕ ਰਸਮਾਂ ਦੇ ਉਸ ਦਾ ਮ੍ਰਿਤਕ ਸਰੀਰ ਸੀਐਮਸੀ ਹਸਪਤਾਲ ਲੁਧਿਆਣਾ ਲਈ ਜਲੂਸ਼ ਦੀ ਸ਼ਕਲ ਵਿੱਚ ਸਰਵਾਨਾ ਕਰ ਦਿੱਤਾ ਗਿਆ ਹਸਪਤਾਲ ਪਹੁੰਚਣ ਤੇ ਅਨਾਟਮੀ ਵਿਭਾਗ ਦੇ ਮੁਖੀ ਡਾਕਟਰ ਮੋਲੀ ਪੋਲ ਨੇ ਕਿਹਾ ਕਿ ਇਹ ਮ੍ਰਿਤਕ ਸਰੀਰ ਮੈਡੀਕਲ ਕਾਲਜਾਂ ਲਈ ਖੀਰਾ ਹੈ ਤੇ ਉਹਨਾਂ ਦੇ ਸਿਖਿਆਰਥੀ ਡਾਕਟਰ ਸਰੀਰ ਤੇ ਖੋਜਾਂ ਕਰਕੇ ਇਸ ਸਮਾਜ ਨੂੰ ਲਾਭ ਪਹੁੰਚਾਉਣਗੇ ਇਸ ਤੋਂ ਪਹਿਲਾਂ April 1995 ਵਿੱਚ ਲੁਧਿਆਣਾ ਦੇ ਚਮਨ ਲਾਲ ਦੀ ਮ੍ਰਿਤਕ ਦੇ ਉਸ ਦੀ ਖਾਹਿਸ਼ ਅਨੁਸਾਰ ਦੀ ਆਨੰਦ ਮੈਡੀਕਲ ਕਾਲਜ ਨੂੰ ਉਸਦੇ ਸੋਜਮਾਨ ਪੁੱਤਰ ਵਿਵੇਕ ਸ਼ਰਮਾ ਨੇ ਦਿੱਤੀ ਸੀ। ਕ੍ਰਿਸ਼ਨ ਬਰਗਾੜੀ ਵੱਲੋਂ ਸਰੀਰਦਾਨ ਕਰਨ ਦੀ ਪ੍ਰਤਿਨੇ ਇੱਕ ਲਹਿਰ ਦਾ ਰੂਪ ਧਾਰਨ ਕਰ ਲਿਆ ਹੈ। ਹੁਣ ਤੱਕ ਸੈਂਕੜੇ ਲੋਕ ਮਰਨ ਉਪਰੰਤ ਆਪਣੇ ਸਰੀਰ ਮੈਡੀਕਲ ਕਾਲਜਾਂ ਨੂੰ ਦਾਨ ਕਰ ਚੁੱਕੇ ਹਨ ਤੇ ਕਈ ਮ੍ਰਿਤਕਾਂ ਦੇ ਸਰੀਰ ਲੋੜਵੰਦ ਲੋਕਾਂ ਨੂੰ ਅੰਗ ਲਾਏ ਜਾ ਚੁੱਕੇ ਹਨ ਤੇ ਉਹ ਨਵੀਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਉਹ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹਨ। ਉਸ ਦਾ ਵਹਿਮ ਭਰਮ ਮੁਕਤ ਨਵੇਂ ਨਰੋਏ ਤੇ ਬਰਾਬਰੀ ਦੇ ਸਮਾਜ ਦਾ ਸੁਪਨਾ ਅਜੇ ਪੂਰਾ ਹੈ ਉਸ ਤੇ ਸੁਪਨਿਆਂ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਹੈ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਫਰਵਰੀ ਨੂੰ ਕ੍ਰਿਸ਼ੀਅਨ ਬਰਗਾੜੀ ਸਨਮਾਨ ਸਮਾਰੋਹ ਕਮੇਟੀ ਹੋਣਾ ਤਰਕਸ਼ੀਲਾਂ ਦੀ ਯਾਦ ਵਿੱਚ ਇੱਕ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੁਲਾਰੇ ਦੇ ਤੌਰ ਤੇ ਇਤਿਹਾਸਕਾਰ ਸੁਭਾਸ਼ ਪ੍ਰਿਹਾਰ ਹੋਣਗੇ ਇਸ ਮੌਕੇ ਹਰਿਆਣਾ ਦੀ ਸੋਸ਼ਲ ਵਰਕਰ ਜਿਸ ਨੇ ਡੇਰਾ ਸਰਸਾ ਦੇ ਮੁਕੀ ਨੂੰ ਜੇਲ੍ਹ ਵਿੱਚ ਪਹੁੰਚਾਉਣ ਲਈ ਵੱਡਾ ਯੋਗਦਾਨ ਪਾਇਆ ਹੈ ਉਸ ਨੂੰ ਤਰਕਸ਼ੀਲ ਸੋਸਾਇਟੀ ਵੱਲੋਂ ਸਨਮਾਨ ਵੀ ਕੀਤਾ ਜਾ ਰਿਹਾ ਹੈ ਦੋਸਤੋ ਉਸੇ ਤਰਕਸ਼ੀਲ ਟੀਵੀ ਤੇ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੀਂ ਸਟੋਰੀ ਦੇ ਨਾਲ ਫਾਰ ਮੋਰ ਕੰਟੈਂਟਸ ਰਿਲੇਟਡ ਟੂ ਰੈਸ਼ਨਲ ਥਿੰਕਿੰਗ ਸਬਸਕ੍ਰਾਈਬ ਅਬਲ ਤਰਕਸ਼ੀਲ ਟੀਵੀ ਚੈਨਲ ਨਾਓ ਫਾਰ ਇਨਸਟੈਂਟ ਅਪਡੇਟਸ